पावर इन एजुकेशन संस्था देशों विदेशों विच वसदे साडे मिशनरी साथियों वालों बना के समाज विच चंगी सिक्ख्या प्रदान करन लई इक पहल है जो कि बच्चों की सिक्ख्या अते बोजन रैबरां दी विचारधारा नूं मुख रख के बनाई गई है। यह संस्था राष्ट्र माता सावित्री बाई फूले जी, राष्ट्रीय महात्मा ज्योतिबा फूले जी अते उन्हां दे मिशन नूं समर्पित है। इस संस्था दे बानी साडे मिशनरी साथी इंजीनियर गुरमुख गुरु, आशु भुट्टा USA, रणजीत बबलू, राकेश कुलथम, गुरप्रीत सिंह हन। ਇਹ ਸੰਸਥਾ ਨੇ ਬੀਤੇ ਦਿਨੀ ਆਪਣੀ ਪਹਿਲ ਇੱਕ ਕਦਮ ਸਿੱਖਿਆ ਦੇ ਵੱਲ ਤੇ ਚਲਦਿਆਂ ਇੱਕ ਸਟੱਡੀ ਸੈਂਟਰ ਖੋਲਿਆ। ਇਹ ਸਟੱਡੀ ਸੈਂਟਰ ਪਿੰਡ ਕੁਲਥਮ SBS ਨਗਰ ਵਿੱਚ ਖੋਲਿਆ ਗਿਆ। ਗਣਤੰਤਰ ਦਿਵਸ ਨੂੰ ਮੁੱਖ ਰੱਖਦਿਆਂ ਡਾਕਟਰ ਅੰਬੇਦਕਰ ਜੀ ਦੀ ਯਾਦ ਵਿੱਚ ਸਟੱਡੀ ਸੈਂਟਰ ਦਾ ਨਾਮ ਡਾਕਟਰ BR ਅੰਬੇਦਕਰ ਸਟੱਡੀ ਸੈਂਟਰ ਰੱਖਿਆ ਹੈ। ਇਸ ਸਟੱਡੀ ਸੈਂਟਰ ਦਾ ਉਦਘਾਟਨ ਕੌਮੀ ਕਲਮ ਨਾਲ ਸਨਮਾਨਿਤ ਮਿਸ਼ਨਰੀ ਰਾਈਟਰ ਡਾਕਟਰ ਸੰਜੀਵ ਭੁੱਲਰਾਈ ਜੀ ਨੇ ਕੀਤਾ ਅਤੇ ਬੱਚਿਆਂ ਨੂੰ ਬਾਬਾ ਸਾਹਿਬ ਅੰਬੇਦਕਰ ਜੀ ਦੀਆਂ ਕੁਰਬਾਨੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਬੱਚਿਆਂ ਨੂੰ ਪੜ੍ਹ ਲਿਖ ਕੇ ਚੰਗੇ ਇਨਸਾਨ ਬਣਨ ਲਈ ਪ੍ਰੇਰਿਤ ਕੀਤਾ। ਇਸ ਸਟੱਡੀ ਸੈਂਟਰ ਦੀ ਦੇਖ ਰੇਖ ਦਾ ਜ਼ਿੰਮਾ ਸਾਹਿਬ ਕਾਂਛੀ ਰਾਮ ਜੀ ਦੇ ਨਕਸ਼ੇ ਕਦਮ ਤੇ ਚੱਲਣ ਵਾਲੇ ਮਿਸ਼ਨਰੀ ਵਰਕਰ ਕੇਸ਼ ਕੁਲਥਮ ਜੀ ਨੇ ਲਈ ਹੈ। ਇਸ ਟਿਊਸ਼ਨ ਸੈਂਟਰ ਖੋਲਣ ਵਿੱਚ ਜਿਨ੍ਹਾਂ ਸਾਥੀਆਂ ਨੇ ਸੇਵਾ ਕੀਤੀ ਉਨ੍ਹਾਂ ਵਿੱਚੋਂ USA ਤੋਂ ਆਸ਼ੂ ਭੁੱਟਾ, ਕੁਵੈਤ ਤੋਂ ਗੁਰਪ੍ਰੀਤ ਸਿੰਘ, ਮਾਸਟਰ ਹਰਮੇਸ਼ ਲਾਲ, ਇੰਜੀਨੀਅਰ ਸਤਵਿੰਦਰ ਕੁਲਥਮ, ਮਾਸਟਰ ਬਹਾਦਰ ਚੰਦ, ਪਵਨ ਕੁਮਾਰ ਆਦਿ। ਇਸ ਮੌਕੇ ਮਿਸ਼ਨਰੀ ਵਰਕਰਾਂ ਜਿਨ੍ਹਾਂ ਵਿੱਚੋਂ ਰਣਜੀਤ ਬਬਲੂ, ਹਲਕਾ ਪ੍ਰਧਾਨ ਬਸਪਾ ਹੁਸ਼ਿਆਰਪੁਰ, ਵਰਿੰਦਰ ਸਰਥਲੀ ਰੋਪੜ, ਮਾਸਟਰ ਹਰਮੇਸ਼ ਲਾਲ, ਇੰਜੀਨੀਅਰ ਸਤਵਿੰਦਰ ਕੁਲਥਮ, ਮਾਸਟਰ ਬਹਾਦਰ ਚੰਦ, ਲੈਂਬਰ ਕੁਮਾਰ, ਲੇਖਰਾਜ ਕੁਲਥਮ, ਬਲਵਿੰਦਰ ਵਿੱਕੀ, ਹੰਸਰਾਜ, ਗੁਰਦਿਆਲ ਚੰਦ ਕੁਲਥਮ, ਸਾਬੀ ਕੁਮਾਰ, ਰੋਹਿਤ ਕੁਮਾਰ, ਰਾਜਕੁਮਾਰ ਰਾਜੂ, ਗੁਰਪ੍ਰੀਤ ਕਾਲੂ, ਨਿਤਿਨ ਚੁੰਬਰ, ਅਮਨ ਕੁਮਾਰ, ਪਵਨ ਕੁਮਾਰ ਅਤੇ ਸਮੂਹ ਨਗਰ ਨਿਵਾਸੀ ਹਾਜ਼ਰ ਹੋਏ। ਉਦਘਾਟਨ ਤੋਂ ਬਾਅਦ ਸਭ ਉਪਸਥਿਤ ਸਾਥੀਆਂ ਨੂੰ ਚਾਹ ਦਾ ਲੰਗਰ ਛਕਾਇਆ ਗਿਆ। ਜਸਵਿੰਦਰ ਬਲ ਦੇ ਨਾਲ ਸੀਮਾ ਕਲੇਰ ਦੀ ਵਿਸ਼ੇਸ਼ ਰਿਪੋਰਟ। ਤੁਸੀਂ ਦੇਖ ਰਹੇ ਹੋ ਏਕਤਾ TV।